सिख धर्म के दसवें गुरु गुरु गोविंद सिंह जी के चार साहिब जादू तथा माता गुजर कौर जी की शहादत को याद करते हुए इंद्री के निकटवर्ती गांव जनेसरों में दो दिवसीय लंगर का आयोजन किया गया। सेवादारों द्वारा करनाल यमुनानगर मार्ग पर चल रहे वाहनों को रोक रोक कर लंगर प्रसाद बांटा गया। इस बारे में जानकारी देते हुए जनेसरों गुरुद्वारा साहिब के हेड ग्रंथी बाबा अंग्रेज सिंह ने बताया कि पिछले 6 सालों से लगातार यहां चाय पकोड़े का लंगर लगाया जा रहा है। सभी धर्मों के लोगों के सहयोग से यह लंगर लगाया जाता है। इसमें समूह गांव वासियों सहित निकटवर्ती गांव के लोगों को भी बुरा सहयोग मिलता है। उन्होंने बताया कि सिख धर्म के दसवें गुरु गुरु गोविंद सिंह जी के चार साहिबजादों ने कौम व धर्म की रक्षा के लिए बड़ी छोटी सी उम्र में ही अपनी कुर्बानी दे दी थी। मुगल शासक औरंगजेब उस समय हिंदुओं पर बहुत जुल्म कर इस्लाम धर्म कबूलने के लिए मजबूर कर रहा था। उस समय धर्म की रक्षा के लिए गुरु गोविंद सिंह जी के चारों साहिबजादों ने अपनी कुर्बानी देकर धर्म व कौम की रक्षा की। उन चारों साहिबजादों व माता गुजर कौर की शहादत को याद करते हुए यह सम्मान हर वर्ष आयोजित किया जाता है। इस अवसर पर गांव के गुरुद्वारा साहिब में श्रद्धालुओं द्वारा लगातार पाठ सिमरन किया जाता है। हेड ग्रंथी दी सेवा कर रहे हैं। ये जो आप समागम देख रहे हो, ये धन धन साहब श्री गुरु तेग बहादुर महाराज के पोतरे धन धन साहब श्री गुरु गोबिंद सिंह महाराज के छोटे साहबजादे बाबा जोरावर सिंह जी ਅਤੇ ਬਾਬਾ ਫਤਿਹ ਸਿੰਘ ਅਤੇ ਗੁਰਦੇਵ ਮਾਤਾ ਗੁਜਰ ਕੌਰ ਜੀ ਦੇ ਅੱਜ ਸ਼ਹੀਦੀ ਪੁਰਬ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਮਾਗਮ ਲਗਾਤਾਰ 6ਵੀਂ ਵਾਰ ਚੱਲ ਰਿਹਾ ਹੈ, ਜੋ ਕਿ ਇਸ ਜਗ੍ਹਾ 'ਤੇ 6ਵੀਂ ਵਾਰ ਹੈ ਔਰ 2 ਵਾਰ ਪਿੱਛੇ ਚੱਲਿਆ ਹੈ। ਔਰ ਇਹ ਸਾਡਾ ਜੋ ਸਮਾਗਮ ਹੈ, ਸਾਰੇ ਸਾਡੇ ਨਗਰ ਦੀ ਸੰਗਤ ਚਾਹੇ ਕਿਸੇ ਵੀ ਬਰਾਦਰੀ ਨੂੰ ਬਿਲੋਂਗ ਕਰਦੀ ਹੈ, ਸਾਰੀ ਸੰਗਤ ਹਿੰਦੂ ਮੁਸਲਿਮ ਸਿੱਖ ਈਸਾਈ ਖੱਤਰੀ ਬ੍ਰਾਹਮਣ ਸਭ ਦੀ ਸੰਗਤਾਂ ਦਾ ਇਹ ਸਹਿਯੋਗ ਹੈ ਅਤੇ ਸਾਡੇ ਸਾਰੇ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਅਤੇ ਇਸ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ ਅਤੇ ਕੱਲ੍ਹ ਤੋਂ 2 ਦਿਨ ਇਹ ਸਮਾਗਮ ਚੱਲਦਾ ਹੈ। ਗੁਰਦੁਆਰਾ ਸਾਹਿਬ ਨਾਮ ਸਿਮਰਨ ਚੱਲ ਰਿਹਾ ਉਸ ਸ਼ਹੀਦਾਂ ਦੇ ਇਸ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਬੜੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਸਿਮਰਨ ਚੱਲ ਰਿਹਾ। ਇੱਥੇ ਚਾਹ ਪਕੌੜਿਆਂ ਦਾ ਲਗਾਤਾਰ 2 ਦਿਨ ਇਹ ਸਮਾਗਮ ਚੱਲਦਾ ਹੈ। ਇਹ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਮਹਾਨ ਸ਼ਹੀਦੀ ਗੁਰਪੁਰਬ ਹੈ, ਇਹ ਸਾਹਿਬਾਂ ਦੇ 4 ਸਾਹਿਬਜ਼ਾਦੇ ਜੋ ਕਿ 4 ਹੀ ਨਾਬਾਲਗ ਸਨ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੋ ਕਿ 17 ਸਾਲ ਦੀ ਉਮਰ ਸੀ, ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜਿਨ੍ਹਾਂ ਦੀ 14 ਸਾਲ ਉਮਰ ਸੀ, ਔਰ ਇਹ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਬਾਬਾ ਜੋਰਾਵਰ ਸਿੰਘ ਇਹਨਾਂ ਦੀ 9 ਸਾਲ ਦੀ ਉਮਰ ਸੀ, ਅਤੇ ਉਸ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ 7 ਸਾਲ ਦੀ ਉਮਰ ਹੈ। ਇਹ ਐਡਾ ਵੱਡਾ ਸ਼ਹੀਦੀ ਸਮਾਗਮ ਆਲ ਵਰਲਡ ਦੇ ਵਿੱਚ ਕਿਸੇ ਵੀ ਇਤਿਹਾਸ ਦੇ ਵਿੱਚ ਨਹੀਂ ਵੇਖਿਆ ਜਾ ਸਕਦਾ ਕਿ ਇੰਨੀ ਛੋਟੀ ਉਮਰ ਦੇ ਬੱਚੇ ਜਿਨ੍ਹਾਂ 'ਤੇ ਬਹੁਤ ਹੀ ਅੱਤ ਦੀ ਜ਼ੁਲਮ ਕੀਤਾ ਗਿਆ ਅਤੇ ਜਿਨ੍ਹਾਂ ਨੇ ਆਪਣੇ ਇਸ ਧਰਮ ਨੂੰ ਕਾਇਮ ਰੱਖਦਿਆਂ ਹੋਇਆਂ ਆਪਣੀ ਇਹ ਜਾਨ ਨਿਸ਼ਾਵਰ ਕੀਤੀ, ਦੇਸ਼ ਕੌਮ ਤੋਂ ਕੁਰਬਾਨ ਹੋ ਗਏ, ਉਹਨਾਂ ਨੇ ਆਪਣੇ ਧਰਮ ਨੂੰ ਦਾਗ ਨਹੀਂ ਲਾਣ ਦਿੱਤਾ। ਇਹ ਕੇਵਲ ਸਿੱਖ ਕੌਮ ਨੂੰ ਨਹੀਂ, ਹਿੰਦੂ ਸਾਰੀਆਂ ਸੰਗਤਾਂ ਦੇ ਇਹਨੂੰ ਧਰਮ ਨੂੰ ਬਚਾਇਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਆਪਣਾ ਬਲੀਦਾਨ ਦਿੱਤਾ, ਉਹਨਾਂ ਨੇ ਵੀ ਹਿੰਦੂ ਕੌਮ ਨੂੰ ਬਚਾਉਣ ਵਾਸਤੇ ਜੋ ਕਿ ਔਰੰਗਜ਼ੇਬ ਉਸ ਵਕਤ ਤਿਲਕ ਜੰਜੂ ਦੀ ਬੇਅਦ ਵੀ ਕਰ ਰਿਹਾ ਸੀ, ਮੰਦਰਾਂ ਨੂੰ ਢਾਹ ਰਿਹਾ ਸੀ, ਉਹਨਾਂ ਨੂੰ ਬਚਾਉਂਦਿਆਂ ਉਹਨਾਂ ਧਰਮ ਨੂੰ ਕਾਇਮ ਰੱਖਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਔਰੰਗਜ਼ੇਬ ਨੂੰ ਆਖਿਆ ਕਿ ਜੇ ਤੂੰ ਸਾਨੂੰ ਮੁਸਲਮਾਨ ਬਣਾਉਣ 'ਤੇ ਮਜਬੂਰ ਕਰ ਦਿੰਦਾ ਹੈ ਤਾਂ ਅਸੀਂ ਸਾਰਿਆਂ ਨੂੰ ਕਹਿ ਦਿਆਂਗੇ ਕਿ ਤੁਸੀਂ ਮੁਸਲਮਾਨ ਬਣ ਜਾਵੋ, ਜੋ ਕਿ ਹਰ ਰੋਜ਼ 1.25 ਮਣ ਜਨੇਊ ਲਾ ਕੇ ਹਿੰਦੂਆਂ ਨੂੰ ਮੁਸਲਮਾਨ ਜ਼ਬਰਦਸਤੀ ਬਣਾ ਰਿਹਾ ਸੀ। ਅਤੇ ਸਤਿਗੁਰੂ ਜੀਆਂ ਨੇ ਉਹਨਾਂ ਦੇ ਧਰਮ ਨੂੰ ਬਚਾਉਂਦਿਆਂ ਹੋਇਆਂ ਕਸ਼ਮੀਰੀ ਪੰਡਿਤਾਂ ਨੇ ਜਦੋਂ ਫਰਿਆਦ ਕੀਤੀ ਅਨੰਦਪੁਰ ਸਾਹਿਬ ਵਿਖੇ ਧੰਨ ਗੁਰੂ ਤੇਗ ਬਹਾਦਰ ਦੇ ਮਹਾਰਾਜ ਦੇ ਕੋਲ, ਉਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਿ ਗੋਬਿੰਦ ਰਾਏ ਸਨ, ਉਹਨਾਂ ਦੀ ਉਮਰ ਤਕਰੀਬਨ 9 ਸਾਲ ਸੀ। ਉਹਨਾਂ ਨੇ ਆਪਣੇ ਪਿਤਾ ਜੀ ਨੂੰ ਇਹ ਕਿਹਾ ਕਿ ਤੁਸੀਂ ਇਹਨਾਂ ਦਾ ਧਰਮ ਬਚਾ ਸਕਦੇ ਹੋ ਅਤੇ ਜੇ ਕੋਈ ਮਹਾਨ ਸ਼ਖਸੀਅਤ ਬਲੀਦਾਨ ਦੇਵੇ ਤਾਂ ਇਹਨਾਂ ਧਰਮ ਬਚ ਸਕਦਾ, ਅਤੇ ਅੱਜ ਤੁਹਾਡੇ ਤੋਂ ਮਹਾਨ ਕਿਹੜਾ ਹੈ ਅਤੇ ਤੁਸੀਂ ਇਹਨਾਂ ਦੇ ਧਰਮ ਨੂੰ ਬਚਾਓ। ਅਤੇ ਉਹਨਾਂ ਨੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਦਿੱਲੀ ਚਾਂਦਨੀ ਚੌਂਕ ਵਿੱਚ ਬਲੀਦਾਨ ਦਿੱਤਾ। ਉਹਨਾਂ ਦੇ ਅੱਜ ਪੋਤਰਿਆਂ ਦਾ ਇਹ ਸ਼ਹੀਦੀ ਪੁਰਬ ਦਿਹਾੜਾ ਹੈ, ਜੋ ਕਿ ਇੰਨੀ ਛੋਟੀ ਉਮਰ ਦੇ ਵਿੱਚ
ਜਿਨ੍ਹਾਂ ਨੇ ਦੇਸ਼ ਕੌਮਨ ਤੋਂ ਆਪਣੇ ਜਾਨ ਨਿਸ਼ਾਵਰ ਕਰ ਦਿੱਤੀ ਅਤੇ ਗੁਰਦੇਵ ਮਾਤਾ ਜੋ ਕਿ ਬੁਢੇਪੇ 'ਚ ਸਨ ਉਹਨਾਂ ਦੇ ਵੀ ਅੱਜ ਸ਼ਹੀਦੀ ਦਿਹਾੜਾ ਹੈ। ਸਾਡੀਆਂ ਸੰਗਤਾਂ ਬੜੇ ਸ਼ਰਧਾ ਭਾਵਨਾ ਦੇ ਨਾਲ ਬੜੇ ਇੱਕ ਮਿੱਕ ਹੋ ਕੇ ਕੋਈ ਇਹਦੇ 'ਚ ਸਾਡੇ ਪਿੰਡ 'ਚ ਵੇਖੋ ਸਾਰੇ ਤੁਸੀਂ ਵੇਖ ਰਹੇ ਹੋ ਕੋਈ ਵਿਤਕਰਾ ਨਹੀਂ, ਚਾਹੇ ਕੋਈ ਹਰੀਜਨ ਹੈ, ਚਾਹੇ ਕੋਈ ਬਾਲਮੀਕੀ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਪੰਡਿਤ ਹੈ, ਸਿੱਖ ਹੈ, ਇਸਾਈ ਹੈ, ਨਾਈ ਹੈ, ਧੋਬੀ ਹੈ, ਕੋਈ ਵੀ ਹੈ, ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਅਦਬ ਸਤਿਕਾਰ ਦੇ ਨਾਲ ਬੜੀਆਂ ਸੰਗਤਾਂ ਪਿਆਰ ਦੇ ਨਾਲ ਇਸ ਸ਼ਹੀਦੀ ਪੁਰਬ ਦਿਹਾੜੇ ਨੂੰ ਮਨਾਉਂਦੀਆਂ ਹਨ। ਕਈ ਸਾਨੂੰ ਕਹਿੰਦੇ ਨੇ ਕਿ ਤੁਸੀਂ ਇਹ ਗਲਤ ਹੈ, ਪਰ ਗੁਰੂ ਪਿਆਰਿਓ ਇਹ ਆਪ ਜੀ ਨੂੰ ਪਤਾ ਹੋਣਾ ਚਾਹੀਦਾ, ਇੱਕ ਆਮ ਬੰਦੇ ਦੀ ਮੌਤ ਅਤੇ ਸ਼ਹੀਦ ਦੀ ਮੌਤ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੁੰਦਾ ਹੈ। ਅਤੇ ਇਹ ਜਿਹੜੇ ਸ਼ਹੀਦ ਹੁੰਦੇ ਨੇ ਇਹ ਆਪਣੀ ਮਰਜ਼ੀ ਦੇ ਨਾਲ ਆਇਆ ਕਰਦੇ, ਮਰਜ਼ੀ ਦੇ ਨਾਲ ਜਾਂਦੇ ਨੇ ਅਤੇ ਇਹ ਆਪਣੀ ਛਾਪ ਛੱਡ ਜਾਂਦੇ ਨੇ। ਅਤੇ ਆਪਾਂ ਬਿਨੇ ਜਦੋਂ ਇਹ ਹਿੰਦੂ ਅਤੇ ਹਿੰਦੀ ਦੇ ਵਿੱਚ ਵੀ ਇੱਕ ਸ਼ਾਇਰ ਨੇ ਲਿਖਿਆ ਕਿ ਸ਼ਹੀਦੋਂ ਕੀ ਤਾਂ ਉੱਪਰ ਲੱਗੇਗੇ ਹਰ ਬਰਸ ਮੇਲੇ, ਵਤਨ ਪਰ ਮਿਟਣੇ ਵਾਲਾ ਕਾ ਇਹੀ ਬਾਕੀ ਨਿਸ਼ਾਨ ਹੋਊਗਾ, ਨਿੱਕੀਆਂ ਜਿੰਦਾਂ ਵੱਡਾ ਸਾਕਾ। ਇਹ ਇਸ ਤੋਂ ਉੱਤੇ ਸਰੰਦ ਦਾ ਸਾਕਾ ਹੈ ਜੋ ਕਿ 28 ਦਸੰਬਰ 13 ਪੋਹ ਵਾਲੇ ਦਿਨ ਹੋਇਆ, ਅੱਜ ਉਹ ਦਿਨ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸੰਗਤਾਂ ਦੇ ਵੀ ਆਪਸ 'ਚ ਮੇਲ ਮਿਲਾਪ ਪਿਆਰ ਬਣਾਈ ਰੱਖਣ, ਸਾਡੀਆਂ ਸਾਰੀਆਂ ਸੰਗਤਾਂ ਦਾ ਉਹਨਾਂ ਮਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਕੋਟਾਨ ਕੋਟ ਪ੍ਰਣਾਮ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। JBD banquets lie hai incredible marriage palace Rajgharana and the finest banquet hall Jyoti Garden, world class catering, centrally air conditioned, lush green lawns, state of the art lighting, a perfect venue for wedding, launching and parties. Rajgharana and Jyoti Garden by JBD banquets enterprise. ऐसे ही लेटेस्ट खबरें पाने के लिए बेल आइकन को क्लिक कर हमारे चैनल को लाइक शेयर एंड सब्सक्राइब करें। धन्यवाद।